ਅੱਧੀ ਰਾਤ ਨੂੰ ਇੱਕ ਘਰ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀਆਂ ਚਲਾਉਣ ਦੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਿੰਡ ਦੀ ਸੱਥ ਨਜ਼ਰ ਆ ਰਹੀ ਹੋਵੇਗੀ ਤੇ ਇਸ ਦੇ ਕੋਲ ਪਹਿਲਾਂ ਆ ਕੇ ਇੱਕ ਗੱਡੀ ਰੁਕਦੀ ਹੈ ਤੇ ਉਸ ਤੋਂ ਬਾਅਦ ਕਰਕੇ ਦੋ ਗੱਡੀਆਂ ਹੋਰ ਮੌਕੇ ਤੇ ਆਉਂਦੀਆਂ ਨੇ। ਕੁਝ ਬਦਮਾਸ਼ ਉਤਰਦੇ ਨੇ ਤੇ ਹੱਥ ਵਿੱਚ ਉਹਨਾਂ ਦੇ ਸ਼ਰੇਆਮ ਪਿਸਟਲ ਫੜੇ ਹੋਏ ਹੁੰਦੇ ਨੇ ਤਾਂ ਇੱਕ ਘਰ ਦੇ ਉੱਤੇ ਜ਼ਬਰਦਸਤ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਕਰੀਬ ਕਿਹਾ ਜਾ ਰਿਹਾ ਕਿ 30 ਰਾਊਂਡ ਮੌਕੇ ਦੇ ਉੱਤੇ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਗੋਲੀਆਂ ਚਲਾਉਣ ਦੀ ਵਜ੍ਹਾ ਦੇ ਪਿੱਛੇ ਇਹ ਕਾਰਨ ਸਾਹਮਣੇ ਆਇਆ ਕਿ ਜੋ ਜਿਸ ਘਰ ਦੇ ਉੱਤੇ ਇਹ ਗੋਲੀਆਂ ਚਲਾਈਆਂ ਨੇ ਉਹਨਾਂ ਦੇ ਵੱਲੋਂ ਇੱਕ ਨਵੀਂ ਕਾਰ ਖਰੀਦੀ ਗਈ ਹੈ ਤੇ ਉਹ ਉਹਨਾਂ ਦਾ ਮੁੰਡਾ ਨਵੀਂ ਕਾਰ ਲੈ ਕੇ ਜਦੋਂ ਬਾਜ਼ਾਰ ਦੇ ਵਿੱਚ ਗਿਆ ਤਾਂ ਉੱਥੇ ਕਿਸੇ ਦੇ ਨਾਲ ਹਲਕੀ ਜਿਹੀ ਕਹਾਸੁਣੀ ਹੋ ਜਾਂਦੀ ਹੈ ਪਰ ਮੌਕੇ ਦੇ ਉੱਤੇ ਹੀ ਸਾਰੀ ਗੱਲ ਨਿਬੜ ਜਾਂਦੀ ਹੈ। ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਹਮਲਾਵਰ ਆਉਂਦੇ ਨੇ ਤੇ ਘਰ ਦੇ ਉੱਤੇ ਆ ਕੇ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ ਅੰਨੇਵਾਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਪਰਿਵਾਰ ਜਦੋਂ ਉੱਠ ਕੇ ਬਾਹਰ ਆਉਂਦਾ ਹੈ ਤਾਂ ਨੌਜਵਾਨ ਦੇ ਹੱਥ ਦੇ ਵਿੱਚ ਕਿਹਾ ਜਾ ਰਿਹਾ ਕਿ ਗੋਲੀ ਲੱਗ ਜਾਂਦੀ ਹੈ ਜਿਸ ਦੇ ਕਾਰਨ ਉਹ ਬੁਰੇ ਤਰੀਕੇ ਨਾਲ ਜ਼ਖਮੀ ਹੁੰਦਾ ਹੈ। ਤਾਂ ਪਰਿਵਾਰ ਸੁੱਤਾ ਪਿਆ ਹੁੰਦਾ ਅੰਦਰ ਤੇ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕਰੀਬ 30 ਰਾਊਂਡ ਫਾਇਰ ਕੀਤੇ ਗਏ ਨੇ ਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਇੱਕ ਪਾਸੇ ਚੋਣ ਜ਼ਾਬਤਾ ਲੱਗੀ ਹੋਈ ਹੈ, ਅਸਲੇ ਜੋ ਨੇ ਪ੍ਰਸ਼ਾਸਨ ਦੇ ਵੱਲੋਂ ਮੰਗ ਕੀਤੀ ਜਾ ਰਹੀ ਕਿ ਜਮ੍ਹਾਂ ਕਰਵਾਏ ਜਾਂ ਨਾਲ ਦੇ ਥਾਣਿਆਂ ਦੇ ਵਿੱਚ, ਪਰ ਲਗਾਤਾਰ ਸ਼ਰੇਆਮ ਪਿਸਟਲ ਜੋ ਨੇ ਸੀਸੀਟੀਵੀ ਦੇ ਵਿੱਚ ਬਦਮਾਸ਼ਾਂ ਦੇ ਹੱਥਾਂ 'ਚ ਦੇਖੇ ਜਾ ਸਕਦੇ ਨੇ। ਇੱਕ ਤੋਂ ਬਾਅਦ ਇੱਕ ਕਰਕੇ ਦੇ ਦਿਨਾਦਨ ਕਈ ਰਾਊਂਡ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਸਵਾਲ ਜ਼ਰੂਰ ਖੜਾ ਹੁੰਦਾ ਕਿ ਇੱਕ ਪਾਸੇ ਪ੍ਰਸ਼ਾਸਨ ਮੰਗ ਕਰ ਰਿਹਾ, ਦੂਜੇ ਪਾਸੇ ਲਗਾਤਾਰ ਫਾਇਰਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਅਜਿਹੇ ਦੇ ਵਿੱਚ ਸਵਾਲੀਆ ਨਿਸ਼ਾਨ ਲੱਗਣੇ ਲਾਜ਼ਮੀ ਨੇ। ਮੈਨੂੰ ਤਾਂ ਸਰਕਾਰ ਤੋਂ ਇਹੋ ਹੀ ਮੰਗ ਆ, ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਅਤੇ ਜਿਹੜੀ ਮੇਰੇ ਬੱਚੇ 'ਤੇ ਗੋਲੀ ਵੱਜੀ ਆ ਉਹਨਾਂ ਸਜ਼ਾ ਦੇਣੀ ਚਾਹੀਦੀ, ਹੋਰ ਮੈਂ ਕੁਛ ਨਹੀਂ ਮੰਗਦੀ। ਮੈਨੂੰ ਤਾਂ ਇਹ ਹੀ ਮਿਲਣਾ ਚਾਹੀਦਾ, ਜਿਹੜੀਆਂ ਗੋਲੀਆਂ ਮਾਰੀਆਂ ਹਾਣ ਪਛਾਤਿਆਂ ਨੇ, ਗੋਲੀਆਂ ਮਾਰ ਕੇ ਮੇਰੇ ਬੱਚਿਆਂ ਦਾ ਘਾਣ ਕਰ ਜਾਣਾ ਸੀ। ਮੈਨੂੰ ਤਾਂ ਇਹੋ ਹੀ ਚਾਹੀਦਾ ਬਸ, ਹੋਰ ਕੁਛ ਨਹੀਂ ਚਾਹੀਦਾ। ਵੀ ਮੇਰੀ ਪਿੰਡ ਦੀ ਪੰਚਾਇਤ ਵੀ ਖੜੀ ਆ, ਪੁੱਛਿਆ ਜਾਵੇ ਸਾਰਿਆਂ ਤੋਂ ਵੀ ਇਹਨਾਂ ਦੀ ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ ਕਿਸੇ ਨਾਲ ਸਾਡਾ, ਹੈਂ ਆਪਦੀ ਕਰਦੇ ਹਾਂ ਅਤੇ ਖਾਂਦੇ ਹਾਂ, ਵੀ ਕਿਹੜਾ ਸਾਡੀ ਕੋਈ ਜਾਇਤ ਨਹੀਂ, ਕੋਈ ਦਾਤ ਨਹੀਂ, ਆਪਦੀ ਮਿਹਨਤ ਮਨਜ਼ੂਰੀ ਕਰੀਦੀ ਅਤੇ ਖਾਈ ਦੀ, ਅਤੇ ਉਹਨਾਂ ਨੇ ਸਾਡੇ ਨਾਲ ਪਤਾ ਨਹੀਂ ਕਿਹੜਾ ਵੈਰ ਕੱਢਣਾ ਸੀ, ਜਿਹੜਾ ਕੱਢ ਕੇ ਬਸ ਇਹ ਗੱਲਾਂ ਕਹਿਣੀਆਂ ਚਾਹੁੰਦੀ ਹਾਂ। ਮੇਰਾ ਇਹੀ ਬਸ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਇਹ ਸੁਣੀ ਜਾਵੇ ਅਤੇ ਮੈਨੂੰ ਇਨਸਾਫ਼ ਮਿਲ ਜਾਵੇ। ਪਿੰਡ ਸੰਤੂ ਵਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੌਨ ਖਜਾਨਚੀ ਹਾਂ ਅਤੇ ਮੈਂ ਇਹ ਗੱਲ ਕਹਿੰਦਾ ਜੀ ਵੀ ਜੋ ਵੀ ਰਾਤ ਵਾਕਿਆ ਹੋਇਆ, ਪੌਣੇ 10:15 ਦਾ ਟਾਈਮ ਸੀ, ਲੋਕ ਅਜੇ ਤੁਰੇ ਹੀ ਫਿਰਦੇ ਸੀ ਅਤੇ 2-3 ਗੱਡੀਆਂ ਦੇ ਬੰਦੇ ਆਏ ਆ ਅਤੇ ਆਣ ਕੇ ਅਗਲੇ ਦਾ ਬਾਰ ਖੋਲ੍ਹਿਆ, ਬਾਰ ਖੋਲ੍ਹ ਕੇ ਕੋਈ ਆਵਾਜ਼ ਨਹੀਂ ਮਾਰੀ, ਕੁਛ ਨਹੀਂ, ਧੱਕੇ ਨਾਲ ਗੋਲੀਆਂ ਚਲਾਤੀਆਂ। ਇੱਥੇ ਰਾਤ 1 ਵੀ ਮਰ ਸਕਦਾ ਸੀ, 10 ਵੀ ਮਰ ਸਕਦੇ ਸੀ। ਫਿਰ ਬਾਕੀ ਚੋਣ ਜ਼ਾਬਤਾ ਲੱਗਾ ਹੋਇਆ, ਚੋਣ ਜ਼ਾਬਤੇ ਲੱਗੇ ਦੇ ਵਿੱਚ ਅਸਲਾ ਕਿੱਥੋਂ ਆ ਗਿਆ ਜੀ? ਹੁਣ ਸਾਨੂੰ ਕਿਹੜੇ ਆਪਣਾ ਅਸਲਾ ਲਾਇਸੈਂਸ ਵਾਲੇ ਮਾਲਕ ਆ, ਸਾਨੂੰ ਤਾਂ ਕਹੀ ਜਾਂਦੇ ਆ ਜਮ੍ਹਾਂ ਕਰਾਓ, ਸਰਕਾਰ ਕਹਿੰਦੀ ਜਮ੍ਹਾਂ ਕਰਾਓ, ਇਹਨਾਂ ਕੋਲ ਕਿੱਥੋਂ ਆ ਗਿਆ? ਫਿਰ ਇਹ ਤਾਂ ਗੱਲ ਗਲਤ ਹੋ ਗਈ ਨਾ, ਵੀ ਜਿਹੜਾ ਆਪਣਾ ਅਸਲਾ ਲਾਇਸੈਂਸ ਵਾਲੇ ਆ ਖੁਦ ਆ, ਉਹਨਾਂ ਦਾ ਜਮ੍ਹਾਂ ਕਰਾ ਲਓ ਅਤੇ ਇਹਨਾਂ ਨੂੰ ਖੁੱਲ੍ਹਾ ਦੇ ਦਿਓ। ਅਤੇ ਆਪਣਾ ਇਨਸਾਫ਼ ਹੋਣਾ ਚਾਹੀਦਾ, ਇਹਨਾਂ ਨਾਲ ਗਰੀਬ ਘਰ ਆ, ਇਹ ਧੱਕਾ ਹੋਇਆ ਬਹੁਤ ਜ਼ਿਆਦਾ, ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ। ਧੰਨਵਾਦ ਜੀ। ਸਰ ਜੋ ਇੱਕ ਗੋਲੀ ਦਾ ਮਾਮਲਾ ਸਾਹਮਣੇ ਆਇਆ ਗੋਲੀ ਚੱਕਣ ਦਾ ਪਿੰਡ ਦੇ ਵਿੱਚ,
ਸਾਨੂੰ ਰਾਤ ਕਰੀਬ 10:30-11 ਵਜੇ ਇਤਲਾਹ ਮਿਲੀ ਸੀਗੀ ਸਦਰ ਥਾਣੇ ਜੀਰਾ ਦੀ ਪੁਲਿਸ ਨੂੰ ਵੀ ਸੰਤੂ ਵਾਲੇ ਪਿੰਡ ਕੋਈ ਫਾਇਰਿੰਗ ਹੋਈ ਹੈ ਔਰ ਪੁਲਿਸ ਉਸੇ ਟਾਈਮ ਮੌਕੇ 'ਤੇ ਚਲੀ ਗਈ ਸੀਗੀ ਉਹ ਪਤਾ ਲੱਗਿਆ ਵੀ ਰਣਜੀਤ ਸ਼ਾਹ ਦਾ ਨਾਂ ਦਾ ਬੰਦਾ ਵੀ ਉਹਦੇ ਘਰ ਕੁਛ ਬੰਦੇ ਉਹਨਾਂ ਦੇ ਨਾਲ ਪੁਰਾਣੀ ਉਹਨਾਂ ਦੀ ਲਾਕਡਾਊਨ ਚੱਲ ਰਹੀ ਹੈ ਉਹਨਾਂ ਨੇ ਆ ਕੇ ਫਾਇਰ ਕੀਤੇ ਉਹਦੇ ਬਾਂਹ 'ਤੇ ਗੋਲੀ ਲੱਗਣ ਕਰਕੇ ਉਹ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਕਿੰਨੇ ਬੰਦੇ ਫੈਕਟਡ ਆਏ ਰਣਜੀਤ ਸ਼ਾਹ ਦੀ ਸਾਨੂੰ ਇਤਲਾਹ ਮਿਲੀ ਫਰੀਦਕੋਟ ਮੈਡੀਕਲ ਕਾਲਜ ਤੋਂ ਉਹਦੇ ਬਾਂਹ 'ਤੇ ਛਰਾ ਲੱਗਿਆ ਗੋਲੀ ਦਾ ਉਹਤੇ ਸਾਡਾ ਆਈਓ ਉਹਦਾ ਬਿਆਨ ਹਾਸਲ ਕਰਨ ਲਈ ਫਰੀਦਕੋਟ ਗਿਆ ਹੋਇਆ ਜੋ ਬਿਆਨ ਦਊਗਾ ਉਹਦੇ ਮੁਤਾਬਕ ਨਹੀਂ ਅਜੇ ਤਾਂ ਮੁਕਦਮਾ ਦਰਜ ਹੋਊਗਾ ਉਸ ਤੋਂ ਬਾਅਦ ਜੋ ਵੀ ਜਿਹੜੇ ਬੰਦੇ ਨਾਲ ਹੋਣਗੇ ਦੋਸ਼ੀ ਉਹਨਾਂ ਖਿਲਾਫ਼ ਕਰਨਗੇ।